ਪੰਜਾਬ ਦਾ 19 ਸਾਲ ਪੁਰਾਣਾ ਬਹੁਤ ਚਰਚਿਤ ਜੱਸੀ ਕਤਲ ਕੇਸ ਅੱਜ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਿਆ ਹੈ। ਕਾਰਨ ਹੈ ਜੱਸੀ ਦੇ ਕਤਲ ਵਿੱਚ ਆਰੋਪੀ ਜੱਸੀ ਦੀ ਮਾਂ ਮਲਕੀਤ ਕੌਰ ਅਤੇ ਉਸਦਾ ਮਾਮਾ ਸੁਰਜੀਤ ਸਿੰਘ, ਜਿਸ ਨੂੰ 20 ਸਾਲ ਬਾਅਦ ਕੈਨੇਡਾ ਤੋਂ ਲਿਆ ਕੇ ਪੰਜਾਬ ਦੇ ਮਲੇਰਕੋਟਲਾ ਕੋਰਟ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅੱਜ ਪੁਲਿਸ ਨੇ ਉਹਨਾਂ ਦਾ 4 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਇਸ ਮਾਮਲੇ ਵਿੱਚ ਆਰੋਪੀ ਪੱਖ ਦੇ ਵਕੀਲ ਨੇ ਜੱਸੀ ਦੇ ਪ੍ਰੇਮੀ ਅਤੇ ਪਤੀ ਨੂੰ ਵੀ ਜੱਸੀ ਦੇ ਕਤਲ ਦਾ ਜ਼ਿੰਮੇਵਾਰ ਦੱਸਿਆ। ਪੁਲਿਸ ਨੇ ਜੱਸੀ ਦੀ ਮਾਂ ਅਤੇ ਮਾਮੇ ਦਾ 1 ਹਫ਼ਤੇ ਦਾ ਰਿਮਾਂਡ ਮੰਗਿਆ ਸੀ, ਕਿਉਂਕਿ ਪੁਲਿਸ ਜਾਣਨਾ ਚਾਹੁੰਦੀ ਸੀ ਕਿ ਜੱਸੀ ਮਰਡਰ ਕੇਸ ਵਿੱਚ ਇਹਨਾਂ ਤੋਂ ਜੋ ਜੱਸੀ ਦੇ ਕਤਲ ਦੇ ਸਮੇਂ ਪੈਸਿਆਂ ਦਾ ਲੈਣ ਦੇਣ ਹੋਇਆ ਸੀ ਉਹ ਕਿਵੇਂ ਹੋਇਆ, ਕਿਸਦੇ ਜ਼ਰੀਏ ਹੋਇਆ ਅਤੇ ਇਹਨਾਂ ਦੀ ਇਸ ਵਿੱਚ ਕੀ ਭੂਮਿਕਾ ਰਹੀ ਹੈ। ਅਦਾਲਤ ਨੇ ਪੁਲਿਸ ਨੂੰ ਸਿਰਫ਼ 4 ਦਿਨ ਦਾ ਰਿਮਾਂਡ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਜੱਸੀ ਕੈਨੇਡਾ ਦੀ ਸਿਟੀਜ਼ਨ ਸੀ ਅਤੇ 20 ਸਾਲ ਪਹਿਲਾਂ ਜਦੋਂ ਭਾਰਤ ਆਈ ਸੀ ਤਾਂ ਆਪਣੇ ਨਾਨਕੇ ਪਿੰਡ ਦੇ ਵੱਲੋਂ ਜਦੋਂ ਲੁਧਿਆਣਾ ਗਈ ਤਾਂ ਉਸਨੂੰ ਮਿੱਠੂ ਨਾਮ ਦੇ ਮੁੰਡੇ ਨਾਲ ਪਿਆਰ ਹੋ ਗਿਆ ਅਤੇ ਉਸਨੇ ਮਿੱਠੂ ਨਾਲ ਆਪਣੇ ਮਾਤਾ ਪਿਤਾ ਦੇ ਵਿਪਰੀਤ ਵਿਆਹ ਕਰ ਲਿਆ। ਜਦੋਂ ਉਸਦੇ ਮਾਤਾ ਪਿਤਾ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਜੱਸੀ ਨੂੰ ਅਤੇ ਉਸਦੇ ਪਤੀ ਨੂੰ ਮਰਵਾਉਣ ਲਈ ਲੁਧਿਆਣਾ ਦੇ ਕਿਸੇ ਗੈਂਗ ਨੂੰ ਸੁਪਾਰੀ ਦੇ ਦਿੱਤੀ, ਜਿਸ ਤੋਂ ਬਾਅਦ ਉਸ ਗੈਂਗ ਨੇ ਜੱਸੀ ਅਤੇ ਉਸਦੇ ਪਤੀ ਮਿੱਠੂ ਦਾ ਕਤਲ ਕਰ ਦਿੱਤਾ ਅਤੇ ਜੱਸੀ ਦਾ ਸਿਰ ਧੜ ਨਾਲੋਂ ਵੱਖ ਕਰਕੇ ਉਸਦੀ ਲਾਸ਼ ਨਾਲੇ ਵਿੱਚ ਸੁੱਟ ਦਿੱਤੀ। ਇਸ ਹਾਦਸੇ ਵਿੱਚੋਂ ਮਿੱਠੂ ਬਚ ਗਿਆ, ਜੋ ਕਿ ਹੁਣ ਇਸ ਕੇਸ ਦੀ ਪੈਰਵਾਈ ਕਰ ਰਿਹਾ, ਜਿਸ ਵਿੱਚ ਪਹਿਲਾਂ ਹੀ ਹਾਈ ਕੋਰਟ ਨੇ 3 ਆਰੋਪੀਆਂ ਨੂੰ ਸਜ਼ਾ ਦੇ ਦਿੱਤੀ ਹੈ ਅਤੇ ਹੁਣ ਸਾਜ਼ਿਸ਼ਕਰਤਾ ਜੱਸੀ ਦੀ ਮਾਂ ਅਤੇ ਮਾਮਾ ਵੀ ਭਾਰਤ ਲਿਆਂਦੇ ਗਏ ਨੇ। ਬਚਾਵ ਪੱਖ ਦੇ ਵਕੀਲ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਜੱਸੀ ਦੀ ਮਾਂ ਅਤੇ ਮਾਮਾ ਬੇਕਸੂਰ ਹਨ, ਜਿਸ ਦਾ ਖੁਲਾਸਾ ਹੁਣੇ ਮੀਡੀਆ ਦੇ ਸਾਹਮਣੇ ਨਹੀਂ ਕਰ ਸਕਦੇ ਅਤੇ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਇਹਨਾਂ ਨੂੰ ਕੋਈ ਸਜ਼ਾ ਨਹੀਂ ਹੋਵੇਗੀ, ਕਿਉਂਕਿ ਇਹ ਦੋਨੋਂ ਬੇਕਸੂਰ ਹਨ ਅਤੇ ਇਸ ਕਤਲ ਵਿੱਚ ਮਿੱਠੂ ਦੀ ਹੀ ਭੂਮਿਕਾ ਰਹੀ ਹੈ। ਉਹਨਾਂ ਆਖਿਆ ਕਿ ਉਹਨਾਂ ਨੂੰ ਅਦਾਲਤ ਉੱਤੇ ਪੂਰਾ ਭਰੋਸਾ ਹੈ। ਉਹਨਾਂ ਆਖਿਆ ਕਿ ਅੱਜ ਅਦਾਲਤ ਨੇ ਉਹਨਾਂ ਨੂੰ ਇਹ ਵੀ ਨਿਰਦੇਸ਼ ਦਿੱਤੇ ਨੇ ਕਿ ਉਹਨਾਂ ਦੇ ਵਕੀਲ ਨੂੰ ਮੈਡੀਕਲ ਕਰਵਾ ਕੇ ਭੇਜਿਆ ਜਾਵੇ ਅਤੇ ਜਦੋਂ ਕੋਰਟ ਲਿਆਂਦਾ ਜਾਵੇ ਤਦ ਵੀ ਮੈਡੀਕਲ ਕਰਵਾ ਕੇ ਲਿਆਂਦਾ ਜਾਵੇ। ਉੱਥੇ ਹੀ ਮਿੱਠੂ ਦੇ ਵਕੀਲ ਅਸ਼ਵਨੀ ਚੌਧਰੀ ਨੇ ਆਖਿਆ ਹੈ ਕਿ ਪੁਲਿਸ ਨੇ 7 ਦਿਨ ਦਾ ਰਿਮਾਂਡ ਮੰਗਿਆ ਸੀ, ਅਦਾਲਤ ਨੇ 4 ਦਿਨ ਦਾ ਰਿਮਾਂਡ ਦਿੱਤਾ ਹੈ, ਉਹ ਅਗਲੀ ਪੇਸ਼ੀ ਉੱਤੇ ਹੋਰ ਰਿਮਾਂਡ ਦੀ ਮੰਗ ਕਰਨਗੇ। ਉਹਨਾਂ ਆਖਿਆ ਹੈ ਕਿ ਹੁਣ ਬਚਾਵ ਪੱਖ ਦੇ ਵਕੀਲ ਵੱਲੋਂ 18 ਸਾਲਾਂ ਬਾਅਦ ਨਵਾਂ ਪੈਂਤਰਾ ਖੇਡਿਆ ਗਿਆ, ਜਿਸ ਵਿੱਚ ਉਹਨਾਂ ਨੇ ਮਿੱਠੂ ਨੂੰ ਹੀ ਕਤਲ ਦਾ ਸਾਜ਼ਿਸ਼ਕਰਤਾ ਦੱਸਿਆ। ਇਹ ਅਦਾਲਤ ਨੂੰ ਗੁੰਮਰਾਹ ਕਰ ਰਹੇ ਨੇ। ਜਦੋਂ ਇਹ ਸਾਰੇ ਕੇਸ ਦਾ ਕੰਮ ਚੱਲ ਰਿਹਾ ਸੀ ਤਦ ਤਾਂ ਕਿਸੇ ਨੇ ਇਹ ਗੱਲ ਨਹੀਂ ਕੀਤੀ, ਅਜਿਹਾ ਨਵਾਂ ਪੈਂਤਰਾ ਖੇਲ ਕੇ ਉਹ ਅਦਾਲਤ ਨੂੰ ਗੁੰਮਰਾਹ ਕਰ ਰਹੇ ਨੇ ਅਤੇ ਉਹਨਾਂ ਨੂੰ ਉਮੀਦ ਹੈ ਕਿ ਅਦਾਲਤ ਵੱਲੋਂ ਇਨਸਾਫ਼ ਮਿਲੇਗਾ ਅਤੇ ਕਾਤਲਾਂ ਨੂੰ ਸਜ਼ਾ ਮਿਲੇਗੀ। ਆਜ਼ਾਦ ਟੀਵੀ ਨਿਊਜ਼ ਦੇ ਲਈ ਮਲੇਰਕੋਟਲਾ ਤੋਂ ਮੁਹੰਮਦ ਕਾਜ਼ਮ ਦੇ ਨਾਲ ਸ਼ਾਹਿਦ ਜ਼ੁਬੈਰੀ ਦੀ ਰਿਪੋਰਟ। आज ही प्रोसिक्यूशन की तरफ से 7 दिन के पुलिस रिमांड की एप्लीकेशन मूव की गई थी। उनका मेन आर्ग्यूमेंट ये था कि एक तो उन्होंने पासपोर्ट उनके ऑब्टेन करने, जो पुराने पासपोर्ट हैं, देखने के लिए कि ये कितनी बार इंडिया आए हैं उस समय से पहले या उस समय के बाद। दूसरी उनकी एक रिकवरी, वो बोल रहे थे कि हमने मनी ट्रेल है, जो मनी कैसे आई है वो हमने इनसे इंटरोगेशन करनी है, हमने इनसे पूछताछ करनी है कि आपने किसको पैसे दिए, किस लिए पैसे दिए। मेरी जो आर्ग्यूमेंट्स थी, मेरी दो आर्ग्यूमेंट्स थी जी। पहली बात, जो मनी जो पहले प्रोसिक्यूशन ने केस बनाया हुआ था, जो पैसे आए थे वो सारे दर्शन सिंह जी के थ्रू आए थे, जो इनके को अक्यूज थे। वो दर्शन सिंह जी जो है वो सुप्रीम कोर्ट ने, ऑनरेबल सुप्रीम कोर्ट ने उनको बरी कर दिया है। आज कोर्ट में जी जो मुलजिम है, जो पीओ चल रहे थे, जिनकी एक्सट्राडिशन हो गई कनाडा से, कनाडा सरकार ने भारत सरकार को दिए हैं, आज इनको फर्स्ट टाइम जो कोर्ट में पेश किया गया और इनका 7 दिन का जो रिमांड जो है, पुलिस ने आईओ ने 7 दिन का रिमांड देने की एप्लीकेशन दी कोर्ट में, रिक्वेस्ट करी 7 दिन का इनका पुलिस रिमांड दिया जाए, सो दैट इनसे हम पूछताछ करके इन्होंने किस तरीके से प्लान किया, किस तरीके से पैसे जो सुपारी के 7 लाख था किस तरीके से ट्रांसफर किया, मनीग्राम से किया, प्राइवेटली किया, कि हवाला मनी से किया, किसी आदमी के थ्रू किया, या इनके जो पुराने पासपोर्ट थे वो भी हमें सारी वेरीफाई करने, भी उस दौरान
जब इन्होंने पुरानी करी मर्डर, इनकी मर्डर की, तो कब कब इंडिया में आए, कब कब गए, कितने दिन स्टे किया, कहाँ गए, वो सारी इन्वेस्टिगेशन अभी पार्ट है, क्योंकि